আসসালামু আলাইকুম ওয়া রাহমাতুল্লাহি ওয়া বারাকাতুহু। আদবি মুশায়রা পাক ইউটিউব চ্যানেল, আস্তানা আদব ইন্টারন্যাশনাল গ্রুপ, বাজমে হামরাজ জেরে এতমাম, চলদা ফিরদা প্রোগ্রাম। আজ মে যে সরাইকি শায়র মেরে উস্তাদ ভাই হিকে উস্তাদ শাগিরদ হযরত জামবাজ জতোই সাহেব ਸਹੀ ਸਾਰੇ ਉਹ ਸਰੀਰ ਦੇ ਵਿੱਚ ਹੁਣ ਈ ਵਕਤ ਜੇ ਸਰੈਕੀ ਦੇ ਮੁਹਾਂਦਰੇ ਸ਼ਾਇਰ ਉਹ ਹਨ ਅਬਦੁਲ ਹਕੀਮ ਗਾਜ਼ੀ ਉਚਵੀ ਸਾਹਿਬ। ਔਰ ਇੰਤਹਾਈ ਗੁਰਬਤ ਦੀ ਵਜ੍ਹਾ ਨਾਲ, ਬੇਰੁਜ਼ਗਾਰੀ ਦੀ ਵਜ੍ਹਾ ਨਾਲ ਆਪ ਇਹ ਦੁਕਾਨ ਲਈ ਹੋਈ ਹੈ, ਕਿਤਾਬਾਂ ਅਸਪੀਕਰ ਇਸ਼ਤਿਹਾਰਾਤ ਇਹ ਸਾਰਾ ਕੁਝ ਇਹ ਚਲਾ ਅਤੇ ਆਪਣਾ ਰੋਜ਼ੀ ਦਾ ਸਰਕਲ ਚਲੇ ਜਾਂਦੇ। ਔਰ ਮਾਸ਼ਾਅੱਲਾ ਸਟੇਜ ਦਾ ਕਮਾਲ ਦੇ, ਲੇਕਿਨ ਹੁਣ ਬਿਮਾਰੀ ਦੀ ਵਜ੍ਹਾ ਨਾਲ, ਗੁਰਬਤ ਦੀ ਵਜ੍ਹਾ ਨਾਲ ਬਸ ਉਹ ਗੁਜ਼ਾਰਾ ਕਰਨ ਦੇ ਬੈਠਣ। ਅਤੇ ਤਮਾਮ ਵੀਰਾਵਾਂ ਕੋਈ ਦੁਆ ਕਰੇ ਸਾਂਝ ਵੀ, ਇਲਤਮਾਸ ਕਰੇ ਸਾਂਝ ਵੀ, ਇੰਨੇ ਵਾਸਤੇ ਦੁਆ ਹੀ ਕਰੇ। ਸੋ ਅੱਲਾਹ ਪਾਕ ਇਹਨਾਂ ਨੂੰ ਸਿਹਤ ਦੇਵੇ, ਅੱਲਾਹ ਪਾਕ ਇਹਨਾਂ ਦੀ ਵਜ੍ਹਾ ਹਯਾਤੀ ਕਰੇ, ਕਿਉਂ ਜੋ ਸਰਾਇਕੀ ਦੇ ਸਾਡੇ ਮੁਹਾਂਦਰੇ ਸ਼ਾਇਰ ਹਨ। ਔਰ ਉਹ ਸ਼ਰੀਫ ਦੀ ਧਰਤੀ 'ਤੇ ਅਬਦੁਲ ਹਕੀਮ ਗਾਜ਼ੀ ਸਾਹਿਬ ਜਿਹਾ ਸ਼ਾਇਰ ਵੀ ਆ, ਸ਼ਾਇਦ ਕੋਈ ਮਾਂ ਦਾ ਨਾਲ ਜਾਵੇ। ਇਹ ਗੱਲ ਪੱਕੀ, ਇਹਦੇ ਵਿੱਚ ਕੋਈ ਸ਼ੱਕ ਕਹਿ ਨਹੀਂ, ਕੋਈ ਮੁਬਾਲਗਾ ਰਾਈ ਕਹਿ ਨਹੀਂ, ਮੈਂ ਹਕੀਕਤ ਦਾ ਦੱਸਾਂ। ਅਤੇ ਅਬਦੁਲ ਹਕੀਮ ਗਾਜ਼ੀ ਸਾਹਿਬ ਕੋਲੋਂ ਅੱਜ ਅਸਾਂ ਕਲਾਮ ਸੁਣ ਨਾਤੀਆ, ਅਤੇ ਉਹਨੇ ਕੋਲੋਂ ਬੋਲਾ ਆਖਿਰ ਦੇ ਵਿੱਚ ਤੁਹਾਡੇ ਬਾਰੇ ਪੈਗਾਮ ਸੁਣ। ਸਹੀ ਮੇਰੇ ਨਿਹਾਇਤ ਮੁਹਤਰਮ ਮੁਹਤਸ਼ਮ ਸਾਮੀ ਜਾਂ ਗਾਇਬੀ, ਮੇਰੀ ਕਲਾਮ ਦੀ ਸਮਾਤ ਫਰਮਾਉਣ ਵਾਲੇ, ਤੁਹਾਡਾ ਖੁਦਾ ਉਮਰਾ ਜ਼ਿਆਦਾ ਕਰੇ, ਤੁਹਾਨੂੰ ਖੁਦਾ ਹੱਜ ਬੈਤੁੱਲਾ ਦੀ ਸ਼ਹਾਦਤ ਨਾਲ ਮਾਲੂਮਾਤ ਫਰਮਾਵੇ। ਆਮੀਨ। ਚੰਦ ਜੁਮਲੇ ਪੇਸ਼ ਕਰਨ ਲੱਗੇ, ਜਿਹੜਾ ਕੁਝ ਹਮਰਾ ਉਚਲੀ ਸਾਹਿਬ ਫਰਮਾਏ ਉਹ ਆਪਣੀ ਉਹਨਾਂ ਦੀ ਇੱਕ ਮਿਹਰਬਾਨੀ ਜ਼ੌਕ ਹੈ, ਲੇਕਿਨ ਮੈਂ ਇਹ ਕਾਬਿਲ ਕਹਿ ਨਹੀਂ। ਮੈਂ ਸਭ ਤੋਂ ਪਹਿਲੇ ਇਹ ਦੱਸਾ ਦੇਣਾ ਕਿ ਸਾਈਂ ਕੋ ਆਪਣੀ ਜਾਤ ਪਹਿਚਾਣ, ਕਿ ਸਾਈਂ ਕੋ ਆਪਣੀ ਜਾਤ ਪਹਿਚਾਣ, ਸਭ ਬਾਤ ਦੀ ਹਿੱਕਾ ਬਾਤ ਪਹਿਚਾਣ, ਮੈਂ ਉਸਦਾ ਕੱਖਾਂ ਰੂਹੀ ਦਾ ਕੋਈ ਹੋਵੇ ਤਾਂ ਔਕਾਤ। ਵਾਹ ਵਾਹ, ਕਿਆ ਬਾਤ, ਕਿਆ ਬਾਤ। ਜਿਹੜਾ ਜ਼ਰੂਰ ਪਾਕ ਦੇ ਸਦਾ ਦੇ ਵਿੱਚ ਕੋਈ ਨਾ ਕੋਈ ਮੈਂ ਕਲਮ ਜਾਤੀ ਹੈ ਜੀ, ਉਹ ਸਮਾਜ ਸਮੇਂ ਹੋ ਸਹੀ ਜੋ ਹਦੀਸ ਮੁਸਤਫਾ ਹੈ ਜੀ, ਮੈਂ ਉਹ ਪੇਸ਼ ਕਰਨਾ ਪਿਆ ਜੋ ਲੁਤਫ ਬੇਸ਼ੱਕ ਸਜੂਦ ਵਿੱਚ। ਵਾਹ ਵਾਹ, ਲੁਤਫ ਬੇਸ਼ੱਕ ਸਜੂਦ ਵਿੱਚ, ਸਕੂਨ ਆਉਂਦਾ ਵਜੂਦ ਵਿੱਚ। ਅੱਛਾ, ਲੁਤਫ ਬੇਸ਼ੱਕ ਸਜੂਦ ਵਿੱਚ, ਸਕੂਨ ਆਉਂਦਾ ਵਜੂਦ ਵਿੱਚ, ਮਗਰ ਨਮਾਜ਼ ਰੋਜ਼ਾ ਤੇ ਹੱਜ ਵਾਫਿਰ ਸਵਾਬ ਗਾਜ਼ੀ ਦਰੂਦ ਵਿੱਚ। ਨਮਾਜ਼ ਰੋਜ਼ਾ ਤੇ ਹੱਜ ਵਾਫਿਰ ਸਵਾਬ ਗਾਜ਼ੀ ਦਰੂਦ ਵਿੱਚ। ਕਰਮ ਕਿਵੇਂ ਮੋਮਿਨ ਵਿਸਰਦੇ ਖੁਦਾ ਦਾ, ਜੋ ਮੀਂਹ ਵਾਂਗੂ ਬਖਸ਼ੀ ਤਾਂ ਕਿਰਦੇ ਖੁਦਾ ਦਾ, ਜੇ ਚਾਹੀਂ ਤੂੰ ਗਾਜ਼ੀ ਗੁਨਾਹ ਮਾਫ ਥੀਵਨ, ਤਾਂ ਉਹ ਬਿਰਦ ਕਰ ਤੂੰ ਜੋ ਬਿਰਦੇ ਖੁਦਾ ਦਾ। ਸੁਹਾਣ ਤੂੰ ਜਹਾਨਾਂ ਦੇ ਨੇਕ ਦਾਮਨ ਤੇ ਪਾਕ ਪਿਆਰੇ ਦਰੂਦ ਪੜ। ਸੁਹਾਣ ਤੂੰ ਜਹਾਨਾਂ ਦੇ ਨੇਕ ਦਾਮਨ ਤੇ ਪਾਕ ਪਿਆਰੇ ਦਰੂਦ ਪੜ, ਦਿਨ ਖੁਦਾ ਦੇ ਭੇਜੇ ਸਹੀ ਫੇ ਕੁੱਲ ਹੋ, ਖੁਦਾ ਦੇ ਭੇਜੇ ਸਹੀ ਫੇ ਕੁੱਲ ਹੋ, ਤੇ ਤੀਹ ਸਿਪਾਰੇ ਦਰੂਦ ਪੜ ਦੇ। ਮੈਂ ਕਿਆ ਫਜ਼ੀਲਤ ਦਸਾਵਾਂ ਗਾਜ਼ੀ, ਮੈਂ ਕਿਆ ਫਜ਼ੀਲਤ ਦਸਾਵਾਂ ਗਾਜ਼ੀ, ਫਕਤ ਨਹੀਂ ਅੱਲਾ ਦਰੂਦ ਪੜਦਾ, ਜੋ ਇਸ ਨੂੰ ਅੱਲਾ ਦੇ ਪੇ, ਜੋ ਇਸ ਨੂੰ ਅੱਲਾ ਦੇ ਜਿਹੜੇ ਪੇ ਹਨ, ਉਹ ਇਸ ਨੂੰ ਸਾਰੇ ਦਰੂਦ ਪੜਦਾ। ਮੈਂ ਕਿਆ ਫਜ਼ੀਲਤ ਦਸਾਵਾਂ ਗਾਜ਼ੀ, ਫਕਤ ਨਹੀਂ ਅੱਲਾ ਦਰੂਦ ਪੜਦਾ, ਜੋ ਇਸ ਨੂੰ ਅੱਲਾ ਦੇ ਜਿਹੜੇ ਪੇ ਹਨ, ਉਹ ਇਸ ਨੂੰ ਸਾਰੇ ਦਰੂਦ ਪੜਦੇ। ਜਗ੍ਹਾ ਤੇ ਸੁੱਤੇ ਜੋ ਲੇਖ ਮਰਸੀ, ਤੇ ਦੋ ਗੁਣਾ ਹੈ ਜੀ ਵੇਖ ਮਰਸੀ, ਜੋ ਗਾਜ਼ੀ ਪੜਦੇ ਦਰੂਦ ਹਰ ਦਮ, ਉਹ ਮਾਲ ਜੰਨਤ ਦਾ ਦੇਖ ਮਰ। ਕਿਆ ਬਾਤ, ਸੁਭਾਨ ਅੱਲਾਹ, ਮਾਲ ਜੰਨਤ ਦਾ ਦੇਖ ਮਰ। ਸੁਭਾਨ ਅੱਲਾਹ, ਬਹੁਤ ਪਿਆਰੇ ਅਲਫਾਜ਼ ਔਰ ਪਿਆਰੇ ਸਰੈਕੀ ਅਲਫਾਜ਼। ਇਹਦੇ ਬਾਅਦ ਸੁਣੋ, ਇਹ ਮੈਂ ਅੱਜ ਕਹਿਣ ਲੱਗਿਆ ਜੀ, ਬਿਸਮਿਲਲਾ। ਜੋ ਗੁਨਾਹ ਦੀ ਕੀ ਤੁਸ ਨਾ ਗੁੰਮ ਗੁੰਮਤੀ ਹੈ। ਅੱਛਾ, ਗੁਨਾਹ ਦੀ ਕੀ ਤੁਸ ਨਾ ਗੁੰਮ ਗੁੰਮਤੀ ਹੈ, ਉਹ ਕਰ ਬੇਠਾ ਖੁਦ ਤੇ ਦੁਧੁਲ ਜ਼ੁਲਮਤੀ, ਉਹ ਕਰ ਬੇਠਾ ਖੁਦ ਤੇ ਦੁਧੁਲ ਜ਼ੁਲਮਤੀ, ਮਗਰ ਗਾਜ਼ੀ ਸੁਣ ਗਏ
ਖੁਦਾ ਬਖਸ਼ ਦੇ ਸੀ ਨਬੀ ਆਖ ਦੇ ਮੇਰਾ ਉਮਤ ਸੁਭਾਨ ਨਬੀ ਆਖਿਆ ਪਿਆਰਾ ਪਿਆਰੇ ਦਾ ਖੁਦ ਮੁੰਤਜ਼ਰ ਇਸ਼ਾਰਾ ਇਸ਼ਾਰੇ ਦਾ ਖੁਦ ਮੁੰਤਜ਼ਰ ਖੁਦਾ ਤੇਰੀ ਮੇਰੀ ਜੋ ਬਖਸ਼ ਦੀ ਖਾਤਰ ਨਬੀ ਦੇ ਇਸ਼ਾਰੇ ਦਾ ਖੁਦ ਸੁਭਾਨ ਜਿਹੜਾ ਵੱਡਾ ਮਨਸ਼ਾਨ ਨਬੀਆਂ ਤੋਂ ਨਬੀ ਖੈਰ ਬਸ਼ਰ ਬਾਅਦ ਲੋਕ ਤਾਂ ਇਹ ਖਿਆਲ ਨੂੰ ਸਾਹਮਣੇ ਰੱਖੇ ਨੇ ਕਿ ਫਰਿਸ਼ਤ ਚਾਵਣ ਦਰੂ ਅਤੇ ਹਜ਼ੂਰ ਦੀ ਹਿਕਮਤ ਪੇਸ਼ ਕਰਦੇ ਅਤੇ ਹਜ਼ੂਰ ਉਹ ਪਤਾ ਲੱਗਦੇ ਹਜ਼ੂਰ ਜੋ ਦਰੂ ਫਲਾਣੇ ਪਏ ਜੀ ਮੈਂ ਵੀ ਗੱਲ ਸੁਣਦੇ ਮੈਂ ਇਹ ਨਹੀਂ ਜਾਂਦਾ ਪਰ ਤਾਲ ਸੁਣਦੇ ਜੋ ਵੱਡਾ ਮਨਸ਼ਾਨ ਨਬੀਆਂ ਤੋਂ ਨਬੀ ਖੈਰ ਬਸ਼ਰ ਰੱਖਦੇ ਸੁਭਾਨ ਸਮਝ ਕਾਇਨਾਤ ਸਾਰੀ ਅਤੇ ਨਦਰ ਸਾਹਿਬ ਨਦਰ ਰੱਖਦੇ ਜੋ ਗਾਲਿਬ ਪੜਦਾ ਦਿਲ ਵਿੱਚ ਮੂੰਹ ਤੇ ਨਾ ਦਰੂ ਜ਼ਬਾਨ ਤੇ ਨਾ ਜੋ ਫਰਿਸ਼ਤੇ ਅਗਰ ਜ਼ਬਾਨ ਤੇ ਪੜ੍ਹਨ ਤਾਂ ਫਰਿਸ਼ਤੇ ਜਾਵਣ ਜੋ ਗਾਲਿਬ ਪੜਦਾ ਦਿਲ ਵਿੱਚ ਜ਼ਬਾਨ ਤੇ ਨਾ ਫਰਿਸ਼ਤੇ ਨੂੰ ਕਿਆ ਪਤਾ ਜੋ ਗਾਲਿਬ ਪੜਦਾ ਦਿਲ ਵਿੱਚ ਦਰੂ ਦੇ ਪਾਕ ਬਦਲੀ ਦਾ ਖਬਰ ਉਹ ਕਾਤਬੀ ਕੋ ਨਹੀਂ ਮਗਰ ਮਦਨੀ ਖਬਰ ਰੱਖ ਸੁਭਾਨ ਖਬਰ ਉਹ ਕਾਤਬੀ ਕੋ ਨਹੀਂ ਮਗਰ ਮਦਨੀ ਖਬਰ ਰੱਖਦੇ ਕਿਬਲਾ ਮੁਹਾਵੇ ਦਾ ਹੁੰਦਾ ਮੁਹਾਵੇ ਦੇ ਮੂੰਹ ਨਮਾਜ਼ੀ ਦਾ ਹੁੰਦਾ ਹੈ ਕਾਬੇ ਦੇ ਮੂੰਹ ਮਗਰ ਮੇਰੇ ਗਾਲੀ ਅਮਲ ਨੇਕ ਕਹਿਣੀ ਮੇਰਾ ਬੀਬੀ ਜ਼ਹਰਾ ਦੇ ਬਾਬੇ ਸੁਭਾਨ ਅੱਲਾਹ ਸੁਭਾਨ ਅੱਲਾਹ ਸੁਭਾਨ ਅੱਲਾਹ ਸੁਭਾਨ ਉਹਦੇ ਬਾਅਦ ਅਰਜ਼ ਖਿਦਮਤ ਵਿੱਚ ਦੇਵੇਂ ਰੱਬ ਦੇ ਰਾਹ ਜੋ ਮੰਝ ਜਿਹੜੀ ਅੱਛਾ ਉਹ ਮੰਝ ਬਖਸ਼ਿਸ਼ ਦਾ ਜ਼ਰੀਆ ਸੁਭਾਨ ਅੱਲਾਹ ਦੇਵੇਂ ਰੱਬ ਦੇ ਰਾਹ ਜੋ ਮੰਝ ਜਿਹੜੀ ਉਹ ਮੰਝ ਬਖਸ਼ਿਸ਼ ਦਾ ਜ਼ਰੀਆ ਹੈ ਤੂੰ ਨੇਕੀ ਕਰਦੇ ਸੰਝ ਜਿਹੜੀ ਉਹ ਸੰਝ ਬਖਸ਼ਿਸ਼ ਦਾ ਜ਼ਰੀਆ ਹੈ ਇਹ ਸੱਚੇ ਗਾਦੀ ਕੂੜ ਨਹੀਂ ਤੂੰ ਮਨ ਕੇ ਸੋਨਾ ਆਣੇ ਮੀਲਾ ਦੇ ਮੁਸਤਫਾ ਜਿੱਥੇ ਉਹ ਘਰ ਬਰਬਾਦ ਨਹੀਂ ਸੀ ਸੁਭਾਨ ਮੀਲਾ ਦੇ ਮੁਸਤਫਾ ਜਿੱਥੇ ਉਹ ਘਰ ਬਰਬਾਦ ਨਹੀਂ ਸੀਗਾ ਮੁਹੰਮਦ ਦੇ ਗੁਲਾਮੇ ਦਾ ਅਜਰ ਬਰਬਾਦ ਨਹੀਂ ਸੀ ਸੁਭਾਨ ਨਬੀ ਦੇ ਨਾਮ ਨੂੰ ਚੁੰਮਦੇ ਜਿਹੜਾ ਅੱਖੀਆਂ ਤੇ ਲੈਂਦਾ ਹੈ ਉਹਦਾ ਨੂਰੇ ਬਸੀਰਤ ਦਾ ਅਸਰ ਬਰਬਾਦ ਨਹੀਂ ਸੀ ਉਹਦਾ ਨੂਰੇ ਬਸੀਰਤ ਦਾ ਅਸਰ ਬਰਬਾਦ ਨਹੀਂ ਸੀਗਾ ਖੁਦਾ ਖੁਦ ਆਪ ਖੁਦ ਫਰਮਾਏ ਖੁਦਾ ਖੁਦ ਆਪ ਫਰਮਾਏ ਤੂੰ ਪਰ ਕੁਰਾਨ ਦੇ ਅੰਦਰ ਖੁਦਾ ਖੁਦ ਆਪ ਫਰਮਾਏ ਤੂੰ ਪਰ ਕੁਰਾਨ ਦੇ ਅੰਦਰ ਦਰੂ ਦੇ ਪਾਕ ਜੋ ਪੜਦੇ ਉਹ ਸਰ ਬਰਬਾਦ ਨਹੀਂ ਕੀਤਾ ਸੁਭਾਨ ਨਬੀ ਦੇ ਇਸ਼ਕ ਦਾ ਆਸ਼ਿਕ ਤੁਣੇ ਖੱਜੀ ਦਾ ਦੁੱਧ ਹੋ ਸੁਭਾਨ ਨਬੀ ਦੇ ਇਸ਼ਕ ਦਾ ਆਸ਼ਿਕ ਤੁਣੇ ਖੱਜੀ ਦਾ ਦੁੱਧ ਹੋ ਉਹਦਾ ਵੀ ਦਾ ਕਿਆਮਤ ਤਾਈਂ ਫਖਰ ਬਰਬਾਦ ਨਹੀਂ ਕੀਤਾ ਸੁਭਾਨ ਤੁਣੇ ਪੱਲੇ ਨਹੀਂ ਤੇਰੇ ਸਫ਼ਰ ਦਾ ਦਾਦ ਰਾਹ ਵਾਕੀ ਤੁਣੇ ਪੱਲੇ ਨਹੀਂ ਤੇਰੇ ਸਫ਼ਰ ਦਾ ਦਾਦ ਰਾਹ ਵਾਕੀ ਮਦੀਨੇ ਪਾਕ ਦਾ ਬਿਲਕੁਲ ਸਫ਼ਰ ਬਰਬਾਦ ਨਹੀਂ ਥੀਂਦਾ ਸਨਾ ਖਾਨ ਮੁਹੰਮਦ ਦਾ ਕਦਰ ਜਿਹੜਾ ਕਰੇਦਾ ਹੈ ਕਸਮ ਰੱਬ ਦੀ ਉਹਦਾ ਖਾਲੀ ਕਦਰ ਬਰਬਾਦ ਨਹੀਂ ਥੀਂਦਾ ਇੱਕ ਨਦਮ ਪੇਸ਼ ਕਰਨੀ ਹੈ ਇਹ ਗਜ਼ਲ ਨੁਮਾ ਹੈ ਹੁਣ ਨਦਮ ਪੇਸ਼ ਕਰਨੀਆਂ